ਮੈਂ ਹਾਂ ਜਸਪ੍ਰੀਤ ਸਿੰਘ ਤੇ ਇਹ ਹੈ ਕਨੈਕਟ ਮੂਵੀ ਰਿਵਿਊਜ਼ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ 2 ਬਾਰੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਨਦੀਪ ਬੈਣੀਪਾਲ ਨੇ ਕੌਣ ਹੈ ਵੀ ਅੰਦਰ ਜਦੋਂ ਪੈਰ ਗਲਤ ਰਸਤਿਆਂ ਤੇ ਤੁਰਦੇ ਨੇ ਦਾਕੂਆਂ ਦਾ ਮੁੰਡਾ 2 ਬੇਸਡ ਹੈ ਰੀਅਲ ਲਾਈਫ ਸਟੋਰੀ ਆਫ ਮੰਗਾ ਸਿੰਘ ਅੰਤਲ ਜੋ ਨੇ ਇੱਕ ਬਹੁਤ ਪਪੂਲਰ ਵਾਲੀਬਾਲ ਪਲੇਅਰ ਤੇ ਉਹਨਾਂ ਨੇ ਹੀ ਇਸ ਫਿਲਮ ਦੀ ਕਹਾਣੀ ਵੀ ਲਿਖੀ ਹੈ ਇਸ ਫਿਲਮ ਦੇ ਮੁੱਖ ਕਲਾਕਾਰ ਨੇ ਦੇਵ ਖਰੋੜ ਰਾਜ ਸਿੰਘ ਚਿੰਜਰ ਨਿਸ਼ਾਨ ਪੁੱਲਰ ਲੱਕੀ ਢਾਲੀਵਾਲ ਪ੍ਰੀਤ ਬਾਟ ਬਲਵਿੰਦਰ ਬੁਲਟ ਕਰਨਵੀਰ ਖੁੱਲਰ ਅਤੇ ਜਪਜੀ ਖੇਰਾ ਫਿਲਮ ਦੀ ਕਹਾਣੀ ਲਿਖੀ ਹੈ ਮੰਗਾ ਸਿੰਘ ਅੰਤਲ ਨੇ ਇਹ ਉਹ ਮੰਗਾ ਸਿੰਘ ਨੇ ਜੋ ਆਪਣੇ ਟਾਈਮ ਤੇ ਇੱਕ ਫੇਮਸ ਵਾਲੀਬਾਲ ਪਲੇਅਰ ਹੋਇਆ ਕਰਦੇ ਸੀ ਪਰ ਨਸ਼ਾ ਕਰਕੇ ਉਹਨਾਂ ਨੂੰ ਇਹ ਫੀਲ ਛੱਡਣਾ ਪਿਆ ਸੰਦੀ ਕਹਾਣੀ ਵੀ ਬਿਲਕੁਲ ਇਹੀ ਦਰਸਾਉਂਦੀ ਹੈ ਨਸ਼ਾ ਕਰਕੇ ਇੱਕ ਪਲੇਅਰ ਜਿਹੜਾ ਕਿੱਦਾਂ ਆਪਣਾ ਕਰੀਅਰ ਬਰਬਾਦ ਕਰ ਲੈਂਦਾ ਪਰ ਕਿੱਦਾਂ ਉਹ ਹਿੰਮਤ ਝੁਟਾਉਂਦਾ ਤੇ ਨਸ਼ਿਆਂ ਤੋਂ ਬਾਹਰ ਨਿਕਲਦਾ ਫਿਲਮ ਵਿੱਚ ਬਹੁਤ ਸਾਰਾ ਪੋਲਿਟਿਕਸ ਵੀ ਹੈ ਪਰ ਇੱਕ ਤਰ੍ਹਾਂ ਨਾਲ ਮੈਂ ਤੁਹਾਨੂੰ ਕਹਿਣਾ ਕਿ ਕਹਾਣੀ ਜਿਹੜੀ ਹੈ ਬਹੁਤ ਦੇਰ ਤੱਕ ਤੁਹਾਨੂੰ ਇਸ ਫਿਲਮ ਦੀ ਕਹਾਣੀ ਸਮਝ ਹੀ ਨਹੀਂ ਆਉਂਦੀ ਰਾਈਟਰ ਨੇ ਇਸ ਕਹਾਣੀ ਵਿੱਚ ਕਾਫੀ ਕੁਝ ਪਾਤਾ ਹੈ ਜੋ ਕਿ ਆਡੀਅנסਸ ਨੂੰ ਕਨਫਿਊਜ਼ ਕਰਦਾ ਕਿਤੇ ਪੋਲਿਟਿਕਸ ਹੈ ਕਿਤੇ ਸਟੂਡੈਂਟ ਪੋਲਿਟਿਕਸ ਹੈ ਕਿਤੇ ਬਹੁਤ ਸਾਰੀ ਲੜਾਈ ਹੈ ਕਿਤੇ ਲਵ ਦਾ ਐਂਗਲ ਦਿਖਾਇਆ ਗਿਆ ਕਿਤੇ ਫੈਮਿਲੀ ਦਿਖਾਈ ਗਈ ਹੈ ਤੇ ਕਿਤੇ ਇੱਕ ਡਰੱਗਸ ਨਾਲ ਜੂਝਦਾ ਹੋਇਆ ਇੱਕ ਪਲੇਅਰ ਦਿਖਾਇਆ ਗਿਆ ਨਾ ਹੀ ਰਾਈਟਰ ਤੇ ਨਾ ਹੀ ਡਾਇਰੈਕਟਰ ਮਨਦੀਪ ਬੈਣੀਪਾਲ ਨੇ ਕਿਸੇ ਵੀ ਇੱਕ ਐਸਪੈਕਟ ਨੂੰ ਜਸਟੀਫਾਈ ਕੀਤਾ ਹੈ ਨਾ ਹੀ ਡਰੱਗਸ एंगल बहुत खुल के सामने आंदा है ना ही लव ਦਾ ਐਂਗਲ ਬਹੁਤ ਖੁੱਲ ਕੇ ਸਾਹਮਣੇ ਆਂਦਾ ਤੇ ਨਾ ਹੀ ਪੋਲਿਟਿਕਸ ਦਾ ڈاکੂਆਂ ਦਾ ਮੁੰਡਾ 2 ਜੋ ਇੱਕ ਬਹੁਤ ਵਧੀਆ ਕਹਾਣੀ ਸੀ ਬਸ ਉਹਨੂੰ ਇੱਕ ਖਿਚੜੀ ਹੀ ਤਰ੍ਹਾਂ ਪੇਸ਼ ਕੀਤਾ ਗਿਆ ਹੈ ਡਾਇਰੈਕਟਰ ਮਨਦੀਪ ਬੈਣੀਪਾਲ ਕਿਸੇ ਵੀ ਸੀਨ ਨੂੰ ਕਿਸੇ ਵੀ ਐਸਪੈਕਟ ਨੂੰ ਉਭਾਰਨ ਚ ਕਾਮਯਾਬ ਨਹੀਂ ਰਹੇ ਨਾ ਹੀ ਉਹ ਡਰੱਗਸ ਦਾ ਐਂਗਲ ਤੇ ਨਾ ਹੀ ਪੋਲਿਟਿਕਸ ਦਾ ਐਂਗਲ ਫਿਲਮ ਦੀ সিনেমैटोग्राफी ਦੀ ਗੱਲ ਕਰੀਏ ਤੇ ਇਹ ਕਾਫੀ ਵੀਕ ਹੈ ਤੇ ਨਾਲ ਦੇ ਨਾਲ ਐਡੀਟਿੰਗ ਵੀ ਇਸ ਫਿਲਮੀ ਬਹੁਤ ਢੀਕੇ ਬਹੁਤ سارے ਸੀਨਸ ਇਦਾਂ ਦੇ ਜਿਹੜੇ ਅਵੋਇਡ ਕੀਤੇ ਜਾ ਸਕਦੇ ਸੀ ਜਿਨ੍ਹਾਂ ਨੂੰ ਫਿਲਮ ਚ ਕੱਟ ਕੇ ਫਿਲਮ ਜ਼ਿਆਦਾ ਬਿਹਤਰ ਬਣਾਈ ਜਾ ਸਕਦੀ ਸੀ ڈاکੂਆਂ ਦਾ ਮੁੰਡਾ ਟੂਚ ਮੁੱਖ ਕਿਰਦਾਰ ਨਿਭਾਇਆ ਹੈ ਦੇਵ ਖਰੋੜ ਨੇ ਤੇ ਉਹਨਾਂ ਦਾ ਸਾਥ ਦਿੱਤਾ ਹੈ ਰਾਜ ਸਿੰਘ ਚਿੰજર ਨੇ ਨਿਸ਼ਾਨ ਪੁੱਲਰ ਲਕੀ ਤਾਲੀਵਾਲ ਪ੍ਰੀਤ ਬਾਜ ਬਲਵਿੰਦਰ ਬੁਲਟ ਤੇ ਕਰਨਵੀਰ ਖੁੱਲਰ ਅਤੇ ਜਬਜੀ ਖੇਰਾ ਮੈਂ ਸਾਰੇ ਐਕਟर्स ਦਾ ਨਾਮ ਇਸ ਕਰਕੇ ਲਿਆ ਕਿਉਂਕਿ ਸਾਰਿਆਂ ਦੀ ਐਕਟਿੰਗ ਬਿਲੋ ਐਵਰੇਜ ਹੈ ਬਹੁਤ ਅੱਛੇ ਅੱਛੇ ਕਲਾਕਾਰ ਇਸ ਫਿਲਮ 'ਚ ਵੇਸਟ ਕਰ ਦਿੱਤੇ ਗਏ ਨੇ ਦੇਵ ਖਰੋੜ ਡਰੱਗ ਐਡਿਕਟ ਦਾ ਰੋਲ ਬਿਲਕੁਲ ਵਿਵਧੀਆ ਨਹੀਂ ਨਿਭਾ ਪਾਇਆ ਕਿਤੇ ਨਾ ਕਿਤੇ ਇੱਕ ਡਰੱਗ ਐਡਿਕਟ ਜਾਂ ਪ੍ਰੋਬਲਮਸ ਉਹਦੀਆਂ ਸਮੱਸਿਆਵਾਂ ਉਹਦਾ ਪੂਰਾ ਇੰਟਾਇਰ ਯੋਜਨਾ ਉਹਨਾਂ ਦੇ ਕੈਰੈਕਟਰ 'ਚ ਵਿੱਚ ਨਜ਼ਰ ਨਹੀਂ ਆਂਦਾ ਇਨ ਫੈਕਟ ਉਹਨਾਂ ਦੀ ਐਕਟਿੰਗ ਕਿਤੇ ਕਿਤੇ ਓਵਰ ਐਕਟਿੰਗ ਲੱਗਦੀ ਹੈ ਬਾਕੀ ਸਾਰੇ ਐਕਟਰਸ ਦਾ ਰੋਲ ਵੀ ਇਸ ਫਿਲਮ ਵਿੱਚ ਬਹੁਤ ਬਿਲੋ ਐਵਰੇਜ ਹੈ ਨਿਸ਼ਾਨ ਪੁੱਲਰ ਵਰਗੇ ਇੱਕ ਬਿਹਤਰੀਨ ਕਲਾਕਾਰ ਨੂੰ ਵੀ ਇਸ ਫਿਲਮ ਵਿੱਚ ਵੇਸਟ ਕਰ ਦਿੱਤਾ ਗਿਆ ਰਾਜ ਜਿੰਜਰ ਜਿਨ੍ਹਾਂ ਤੋਂ ਬਹੁਤ ਉਮੀਦ ਸੀ ਆਪਣਾ ਰੋਲ ਬਹੁਤ ਬਖੂਬੀ ਨਹੀਂ ਨਿਭਾ ਪਾਏ ਫਿਲਮ ਵਿੱਚ ਲੀਡ ਐਕਟ੍ਰੈਸ ਜਗਜੀ ਖਹਿਰਾ ਦੀ ਗਾਲ ਕਰੀਏ ਤੇ ਖੂਬਸੂਰਤ ਲੱਗਨ ਤੋਂ ਇਲਾਵਾ ਉਸ ਫਿਲਮ ਵਿੱਚ ਉਹ ਜ਼ਿਆਦਾ ਵਧੀਆ ਐਕਟਿੰਗ ਨਹੀਂ ਕਰ ਪਾਈ ਤੇਰੀ ਅੰਨਾ ਹਰਕਤਾਂ ਕਰਕੇ ਨਾ ਮੈਂ ਕਿਤੇ ਦੂਰ ਨਾ ਹੋ ਜਾਉਂਦਾ ਤੇਰੀ ਜ਼ਿੰਦਗੀ ਵਿੱਚ ਕੋਈ ਹੋਰ ਆਇਆ ਨਾ ਚਾਂ ਤੋਂ ਮਾਰ ਤੂੰ ਸਾਲੇ ਨੂੰ ਇਹ ਫਿਲਮ ਇੱਕ ਬਹੁਤ ਸਟਰੋਂਗ ਮੈਸੇਜ ਲੈ ਕੇ ਆਂਦੀ ਹੈ ਕਿ ਨਸ਼ਿਆਂ ਦਾ ਆਦੀ ਇਨਸਾਨ ਆਪਣਾ ਕੈਰੀਅਰ ਆਪਣੀ ਲਾਈਫ ਤਬਾਹ ਕਰ ਦਿੰਦਾ ਹੈ ਪਰ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਿ ਇਹ ਮੈਸੇਜ ਇਸ ਫਿਲਮ ਵਿੱਚ ਬਿਲਕੁਲ ਵੀ ਉੱਭਰ ਕੇ ਨਹੀਂ ਆਉਂਦਾ ਕਿਤੇ ਨਾ ਕਿਤੇ ਇਹ ਫਿਲਮ ਲੂਜ਼ ਰਾਈਟਿੰਗ ਅਤੇ ਲੂਜ਼ ਡਾਇਰੈਕਸ਼ਨ ਵਿੱਚ ਗੁੰਮ ਹੋ ਕੇ ਰਹਿ ਜਾਂਦੀ ਹੈ ਓਵਰਆਲ ਇਸ ਫਿਲਮ ਦੀ ਗੱਲ ਕਰੀਏ ਤੇ ਇਹ ਫਿਲਮ ਇੱਕ ਬਹੁਤ ਵਧੀਆ ਮੈਸੇਜ ਲੈ ਕੇ ਆ ਰਹੀ ਸੀ ਪਰ ਇਸ ਫਿਲਮ ਦੇ ਮੈਸੇਜ ਨੂੰ ਕਿਤੇ ਨਾ ਕਿਤੇ ਡਾਇਰੈਕਟਰ ਤੇ ਰਾਈਟਰ ਦੋਨਾਂ ਨੇ ਗਵਾਤਾ ਐਕਟਰਸ ਤੋਂ ਬਹੁਤ ਜ਼ਿਆਦਾ ਉਮੀਦ ਸੀ ਪਰ ਉਹਨਾਂ ਨੇ ਵੀ ਆਪਣੀ ਬਿਲੋ ਐਵਰੇਜ ਐਕਟਿੰਗ ਦਿਖਾ ਕੇ ਇਸ ਫਿਲਮ ਨੂੰ ਕੁਝ ਜ਼ਿਆਦਾ ਫਾਇਦਾ ਨਹੀਂ ਕੀਤਾ ਕਨੈਕਟ ਮੂਵੀ ਰਿਵਿਊਜ਼ ਵੱਲੋਂ ਅਸੀਂ ਦੇ ਨੈਸ ਫਿਲਮ ਨੂੰ ਹਾਫ ਸਟਾਰ। ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ। ਕਨੈਕਟ ਫਮ ਦਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬਟਨ ਦਬਾਣਾ ਨਾ ਭੁੱਲਿਓ ਕਿਉਂਕਿ ਅਗਲੀ ਵਾਰ ਜਦੋਂ ਅਸੀਂ ਵੀਡੀਓ ਡ੍ਰੌਪ ਕਰੀਏ ਤੁਹਾਨੂੰ ਪਤਾ ਲੱਗ ਜਾਏ। ਦੇਖਦੇ ਰਹੋ ਤੇ ਸੁਣਦੇ ਰਹੋ। ਕਨੈਕਟ ਫਮ ਕੈਨੇਡਾ।